ਸੂਬੇ ਚ ਔਰਤਾਂ ਦੀ ਸਥਿਤੀ ਲਗਾਤਾਰ ਤਰਸਯੋਗ ਬਣੀ ਹੋਈ ਹੈ, ਜਿਸ ਕਾਰਨ ਦਿਨ ਬਰ ਦਿਨ ਔਰਤਾਂ ਦੀ ਸਥਿਤੀ ਮਾੜੀ ਹੁੰਦੀ ਜਾ ਰਹੀ ਹੈ। ਬੀਤੇ ਕੁਛ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਚ ਫਿਰ ਲੰਬੀ ਚ ਦਲਿਤ ਔਰਤ ਨਾਲ ਕੁੱਟਮਾਰ ਦਾ ਮਾਮਲਾ ਹਾਲੇ ਥੰਮਿਆ ਹੀ ਸੀ ਕਿ ਹੁਣ ਇੱਕ ਵਾਰ ਫਿਰ ਮਲੋਟ ਚ ਇੱਕ ਦਲਿਤ ਲੜਕੀ ਦੀ ਕੁੱਟਮਾਰ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮਲੋਟ ਦੇ ਪਿੰਡ ਫੁੱਲੂ ਖੇੜਾ ਚ ਇੱਕ ਜ਼ਮੀਂਦਾਰ ਪਰਿਵਾਰ ਦੇ ਨੌਜਵਾਨ ਅਮਨਦੀਪ ਤੇ ਉਸਦੇ ਪਰਿਵਾਰ ਨੇ ਦਲਿਤ ਲੜਕੀ ਤੇ ਰਾਹ ਵਿੱਚ ਘੇਰ ਕੇ ਤਸ਼ੱਦਦ ਕੀਤਾ। ਪੀੜਤ ਲੜਕੀ ਨੇ ਨੌਜਵਾਨ ਤੇ ਵਿਆਹ ਦਾ ਝਾਂਸਾ ਦੇ ਕੇ ਜਿਸਮਾਨੀ ਸੰਬੰਧ ਬਣਾਉਣ ਦੇ ਇਲਜ਼ਾਮ ਲਗਾਏ ਨੇ। ਉਧਰ ਹੁਣ ਪੀੜਤ ਲੜਕੀ ਨੇ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ। ਵੀਰੇ, ਅਮਨਪ੍ਰੀਤ ਗੋਬਿੰਦ ਨਗਰ ਦਾ ਪਿੰਡ ਦਾ ਫੁੱਲੂ ਖੜਾ ਏ। ਇਹ 6 ਸਾਲ ਤੋਂ ਮੈਨੂੰ ਵਿਆਹ ਦਾ ਝਾਂਸਾ ਦੇ ਕੇ ਮੇਰੇ ਨਾਲ ਰਹਿ ਰਿਹਾ ਸੀ, ਪਤੀ ਪਤਨੀ ਤਰ੍ਹਾਂ। ਅਤੇ ਇਹਨੇ ਮੁੜ ਕੇ ਮੰਗਣੀ ਕਿਤੇ ਹੋਰ ਕਰਵਾ ਲਈ ਅਤੇ ਮੈਂ ਪੁਲਿਸ ਕੋਲ ਗਈ। ਪੁਲਿਸ ਕੋਲ ਬਹੁਤ ਵੀ ਮੈਂ ਸ਼ਿਕਾਇਤਾਂ ਕੀਤੀਆਂ, ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਉਸ ਤੋਂ ਬਾਅਦ ਇਹਦੇ ਘਰਦਿਆਂ ਨੇ 4 ਮਹੀਨੇ ਗਾਇਬ ਕਰਤਾ, ਮੈਂ ਫਿਰ ਪੁਲਿਸ ਕੋਲ ਗਈ, ਪੁਲਿਸ ਨੇ ਫਿਰ ਵੀ ਕੋਈ ਸੁਣਵਾਈ ਨਹੀਂ ਕੀਤੀ। ਉਸ ਤੋਂ ਬਾਅਦ ਅੱਜ ਮੈਂ ਰਸਤੇ ਦੇ ਵਿੱਚ ਤੁਰੀ ਆਉਂਦੀ ਸੀ, ਅਮਨਪ੍ਰੀਤ ਅਤੇ ਸੁਖਚੈਨ ਸਿੰਘ ਨੇ ਮੈਨੂੰ ਧੂ ਕੇ ਗਲੀ ਦੇ ਵਿੱਚ ਆਪਦੇ ਘਰ ਲੈ ਗਏ ਅਤੇ ਮੇਰਾ ਮੋਬਾਈਲ ਅਤੇ ਚਾਬੀਆਂ ਖੋਲ੍ਹੀਆਂ ਅਤੇ ਇਹਨਾਂ ਨੇ ਮੈਨੂੰ ਬੰਨ੍ਹ ਕੇ, ਪਹਿਲਾਂ ਤਾਂ ਮੈਨੂੰ ਅੰਦਰ ਤਾੜ ਦਿੱਤਾ ਇਹਨਾਂ ਨੇ ਆਪਣੇ ਫੋਨ 'ਤੇ ਰਿੰਗਾਂ ਮਾਰੀਆਂ, ਫਿਰ ਇਹਨਾਂ ਨੇ ਮੈਨੂੰ ਕੁੱਟਿਆ। ਇਹਦੀ ਮਾਤਾ ਨੇ ਮੇਰੇ ਪਿੱਛੋਂ ਹੱਥ ਫੜੇ, ਇਹਦੇ ਪਾਪਾ ਨੇ ਕੁੱਟਿਆ, ਗੁਰਚਰਨ ਸਿੰਘ ਨੇ, ਸੁਖਚੈਨ ਸਿੰਘ ਨੇ, ਅਮਨਪ੍ਰੀਤ ਨੇ ਅਤੇ ਮਾਂ ਇਹਦੀ ਨੇ ਮੇਰੇ ਵਾਲ ਪੱਟੇ ਅਤੇ ਨਾਲੇ ਇਹਨਾਂ ਨੇ ਮੇਰੇ ਢਿੱਡ 'ਚ ਲੱਤਾਂ ਮਾਰੀਆਂ, ਨਾਲੇ ਮੇਰੇ ਬਾਹਵਾਂ 'ਤੇ ਸੱਟਾਂ ਲੱਗੀਆਂ ਹੋਈਆਂ, ਲੱਤ 'ਤੇ ਵੀ ਮੇਰੀ 'ਤੇ ਸੱਟ ਲੱਗੀ ਹੋਈ ਆ। ਅਤੇ ਹਜੇ ਤੱਕ ਵੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ। ਹਲੇ ਵੀ ਮੈਨੂੰ ਪੁਲਿਸ ਵਾਰ ਵਾਰ ਫੋਨ ਕਰਦੀ ਪਈ ਹੋਸਪਿਟਲ 'ਚ ਬੈਠੀ ਨੂੰ ਵੀ ਕਿ ਤੂੰ ਸਿਟੀ ਆ ਅਤੇ ਇੱਥੇ ਆ ਕੇ ਬਿਆਨ ਦੇ ਕੇ ਜਾ ਆਪਦੀ। ਕੋਟੇ 'ਚੋਂ ਮੈਂ ਬਹੁਤ ਗਰੀਬ ਕਰਦੀ ਹਾਂ, ਉਹ ਬਹੁਤ ਤਗੜੇ ਪਰਿਵਾਰ ਦੇ ਹੈਗੇ ਜੀ, ਉਹ ਕਹਿੰਦੇ ਸਾਡੇ ਚੰਗੇ ਚੰਗੇ ਬੰਦਿਆਂ ਨਾਲ ਰਿਲੇਸ਼ਨ ਆ ਜੀ, ਅਸੀਂ ਬਹੁਤ ਕੁਛ ਕਰ ਸਕਦੇ ਹਾਂ, ਅਸੀਂ ਚਾਹੀਏ ਤਾਂ ਤੈਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਵੀ ਲਾ ਸਕਦੇ ਹਾਂ, ਤੇਰੇ ਬੱਚਿਆਂ ਨੂੰ ਵੀ ਕਿਤੇ ਵੀ ਖਪਾ ਸਕਦੇ ਹਾਂ। ਦੂਜੇ ਪਾਸੇ ਜੇਕਰ ਵੇਖਿਆ ਜਾਵੇ ਤਾਂ ਜ਼ਮੀਂਦਾਰ ਪਰਿਵਾਰ ਦੀ ਔਰਤ ਨੇ ਵੀ ਪੀੜਤ ਲੜਕੀ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਨੇ, ਪਰ ਜਦੋਂ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਕਰਦੇ ਵਿਖਾਈ ਦਿੱਤੇ, ਪਰ ਦੂਜੇ ਪਾਸੇ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਇਹ ਦਰਖਾਸਤਾਂ ਆਈਆਂ ਦੋਨੇ ਧਿਰਾਂ ਵੱਲੋਂ, ਦੋਨੇ ਲੇਡੀਜ਼ ਹੈਗੀਆਂ, ਵੀ ਉਹ ਸੁਖਦੀਪ ਕੌਰ ਹੈ ਇੱਕ ਕੁੜੀ ਲੜਕੀ ਜਿਹਨੇ ਹੈਗਾ ਵੀ ਮੇਰੀ ਕੁੱਟਮਾਰ ਕੀਤੀ ਹੈ, ਅਤੇ ਦੂਸਰੇ ਪਾਸੇ ਜਸਪਾਲ ਕੌਰ ਐਲ ਲੇਡੀਜ਼ ਉਹਦੇ ਵੱਲੋਂ ਵੀ ਦਰਖਾਸਤ ਆਈ ਹੈ ਜਿਹਦੀ ਕਿ ਪੜਤਾਲ ਕੀਤੀ ਜਾ ਰਹੀ ਹੈ। ਜਿਹੜਾ ਵੀ ਕੁਛ ਸਾਹਮਣੇ ਆਊਗਾ, ਸੱਚ ਸਾਹਮਣੇ ਆਊਗਾ, ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਦਲਿਤ ਔਰਤਾਂ 'ਤੇ ਤਸ਼ੱਦਦ ਕੀਤੇ ਜਾਣ ਦਾ ਅਤੇ ਪੁਲਿਸ ਵੱਲੋਂ ਵੀ ਢਿੱਲੀ ਕਾਰਵਾਈ ਦਾ ਕੋਈ ਮਾਮਲਾ ਪਹਿਲਾਂ ਨਹੀਂ ਹੈ, ਸੋ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਤਾਂ ਜੋ ਅਜਿਹੇ ਮਾੜੇ ਅਨਸਰਾਂ 'ਤੇ ਸ਼ਿਕੰਜਾ ਕੱਸਿਆ ਜਾ ਸਕੇ। ਮਲੋਟ ਤੋਂ AS ਸ਼ਾਂਤ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।